अज तलवाड़ा के काली माता मंदिर विखे तलवाड़ा पुलिस वालों नशिया के खिलाफ चलाई जा रही नशा छुड़ाओ पंजाब बचाओ मुहिम के तहत एक जनतक प्रोग्राम करवाया गया, जिस विच एसपी मैडम नवनीत कौर विशेष तौर पर हाजिर हुए। इस मौके पर मौजूद वख वख बुलारिया ने नशिया के खिलाफ अपने विचार रखे। अपने संबोधन विच एसपी मैडम नवनीत कौर ने कहा कि असी नशिया के खिलाफ जिहड़ी मुहिम चलाई है उस विच जनता का सहयोग लैण लई इह सैमीनार करवाया है। पब्लिक स्पोर्ट न्यूज़ के नाल तलवाड़ा तो मुकेश शर्मा की रिपोर्ट। हाँ जी मैम, तुसीं इत्थे सैमीनार कैंप लगाया इहदे बारे जानकारी दिओ। ਹੁਸ਼ਿਆਰਪੁਰ ਦੇ ਵਿੱਚ ਸਾਡੇ ਮਾਨਯੋਗ ਐਸ ਐਸ ਪੀ ਸਭਾ ਸ਼੍ਰੀ ਸਰਤਾਜ ਸਿੰਘ ਚਾਰ ਆਈ ਪੀ ਐਸ ਦੀ ਰਹਿਨੁਮਾਈ ਦੇ ਵਿੱਚ ਤਲਵਾੜਾ ਵਿਖੇ ਮੀਟਿੰਗ ਕੀਤੀ ਹੈ। ਨਸ਼ਿਆਂ ਦੇ ਖਿਲਾਫ ਜਿਹੜੀ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਪਬਲਿਕ ਦਾ ਵੱਧ ਤੋਂ ਵੱਧ ਸਹਿਯੋਗ ਹਾਸਲ ਕਰਨ ਲਈ ਸਾਡਾ ਇਹ ਉਪਰਾਲਾ ਹੈ ਤਾਂ ਕਿ ਅਸੀਂ ਰਲ ਮਿਲ ਕੇ ਇਸ ਨਸ਼ਿਆਂ ਦੀ ਜਿਹੜੀ ਬੁਰਾਈ ਹੈ ਕੁਰੀਤੀ ਸਾਡੇ ਸਮਾਜ ਵਿੱਚ ਆ ਗਈ ਹੈ ਉਹਨੂੰ ਖਤਮ ਕਰ ਸਕੀਏ। ਜਿੱਦਾਂ ਕੋਈ ਬੰਦਾ ਇਨਫੋਰਮੇਸ਼ਨ ਦੇਣ ਤੋਂ ਡਰਦਾ ਹੈਗਾ ਕਿ ਉਹਦਾ ਨਾਮ ਨਾ ਆ ਜਾਵੇ, ਤਾਂ ਉਹਦੇ ਬਾਰੇ ਕੀ ਹੈ? ਅਸੀਂ ਇਸ ਮੀਟਿੰਗ ਦੇ ਵਿੱਚ ਇੱਥੇ ਹੀ ਨਹੀਂ ਸਾਡੇ ਸਾਰੇ ਜਿਹੜੇ ਅਫਸਰ ਹੈਗੇ ਆ ਐਸ ਪੀਜ਼, ਇਨਫੈਕਟ ਐਸ ਐਸ ਪੀ ਸਾਹਿਬ ਖੁਦ, ਐਸ ਪੀਜ਼, ਡੀ ਐਸ ਪੀਜ਼, ਐਸ ਐਚ ਓਜ਼ ਅਤੇ ਜਿਹੜੇ ਜੈਲ ਸਾਡੇ ਅਫਸਰ ਹੈਗੇ ਆ, ਫੀਲਡ ਆਫਿਸਰ ਹੈਗੇ ਆ, ਸਾਰਿਆਂ ਨੂੰ ਇਹ ਹਦਾਇਤਾਂ ਹੈ ਕਿ ਉਹ ਪਬਲਿਕ ਦੇ ਵਿੱਚ ਜਾ ਕੇ ਵੱਧ ਤੋਂ ਵੱਧ ਵਿੱਚ ਅਤੇ ਇਹ ਚੀਜ਼ ਅਸੀਂ ਕਲੀਅਰ ਅਤੇ ਸਪਸ਼ਟ ਕਰਦੇ ਹਾਂ ਵੀ ਜਿਹੜਾ ਵੀ ਕੋਈ ਨਾਗਰਿਕ ਸਾਨੂੰ ਜਾਣਕਾਰੀ ਦਿੰਦਾ ਹੈ ਉਹਦੀ ਆਈਡੈਂਟੀ आम जानकारी ਦੇ ਵਿੱਚ ਆਉਂਦਾ ਹੈ, ਪ੍ਰੈਸ ਦੇ ਵਿੱਚ ਆਉਂਦਾ ਹੈ, ਅਸੀਂ ਉਹਦਾ ਅੱਗੇ ਵੀ ਤਾਂ ਕਿ ਪਬਲਿਕ ਨੂੰ ਜਾਗਰੂਕ ਕਰ ਸਕੀਏ ਤੁਹਾਡੇ ਮਾਧਿਅਮ ਰਾਹੀਂ, ਉਹਦੀ ਅਸੀਂ ਅਖਬਾਰਾਂ ਦੇ ਵਿੱਚ ਜਾਣਕਾਰੀ ਦਿੰਦੇ ਹਾਂ ਕਿ ਇਹ ਪੰਜੇ ਦਰਜ ਹੋਏ ਆ, ਇਹ ਕੰਪਲੀਟ ਹੋਈ ਹੈ, ਅਸੀਂ ਬੰਦੇ ਗ੍ਰਿਫਤਾਰ ਕੀਤੇ ਹੈ, ਉਹ ਚੱਲਦਾ ਰਹਿੰਦਾ ਹੈ। ਬਟ ਐਟ ਦਾ ਸੇਮ ਟਾਈਮ ਇਹਦੇ ਵਾਸਤੇ ਮਲਟੀ ਪ੍ਰੋਂਗਡ ਅਪਰੋਚ ਸਾਨੂੰ ਅਪਣਾਉਣ ਦੀ ਲੋੜ ਹੈ, ਸੁਸਾਇਟੀ ਦਾ ਜਿਹੜਾ ਸਾਡਾ ਹੈ ਉਹਨਾਂ ਦਾ ਜਿਹੜਾ ਸਹਿਯੋਗ ਦੀ ਲੋੜ ਹੈ, ਉਹ ਇਸ ਕਰਕੇ ਜਿੰਨੀ ਜਦੋਂ ਅਸੀਂ ਸਖਤੀ ਕਰਦੇ ਹਾਂ ਉਹ ਜਿਹੜਾ ਉਹਨਾਂ ਵਾਸਤੇ ਉਨਾ ਹੀ ਆਮ, ਜਦੋਂ ਵਿਕਦਾ ਘੱਟਦਾ ਹੈ ਤਾਂ ਉਹ ਪ੍ਰੋਫਿਟੇਬਲ ਜੋਬ ਬਣ ਜਾਂਦਾ, ਉਹ ਬੰਦੇ ਨੂੰ ਪ੍ਰੋਫਿਟ ਦੀ ਐਜੀ ਲੱਤ ਲੱਗਦੀ ਹੈ ਅਤੇ ਉਹ ਮੁੜ ਮੁੜ ਕੇ ਨਸ਼ੇ ਦੀ ਤਸਕਰੀ ਦੇ ਵਿੱਚ ਆਉਂਦੇ ਹੈ। ਤੁਸੀਂ ਦੇਖਿਆ ਹੀ ਹੋਊਗਾ ਵੀ ਇਸ ਬੰਦੇ ਦੇ ਪਹਿਲਾਂ ਸੀਗੀ ਦੋ ਪਰਚੇ ਹੈ, ਚਾਰ ਪਰਚੇ ਹੈ, ਫਿਰ ਤੋਂ ਆਉਂਦੇ ਹੈ। ਜਦੋਂ ਸਾਡੀ ਸੁਸਾਇਟੀ ਦੇ ਵਿੱਚ ਇੱਕ ਅਸੀਂ ਸੁਸਾਇਟੀ ਦੇ ਤੌਰ 'ਤੇ ਉਸ ਚੀਜ਼ ਦਾ ਬਹਿਸ਼ਕਾਰ ਕਰਾਂਗੇ, ਨਸ਼ੇ ਦਾ ਬਹਿਸ਼ਕਾਰ ਕਰਾਂਗੇ, ਬੰਦੇ ਨੂੰ ਜਿਹੜੀ ਹੈ ਡੀਫੇਮ ਹੋਊਗਾ ਉਸ ਸੁਸਾਇਟੀ ਦੇ ਵਿੱਚ, ਇਹ ਗਲਤ ਚੀਜ਼ ਹੈ, ਡਿਮਾਂਡ ਘਟਦੀ ਹੈ, ਤਾਂ ਹੀ ਅਸੀਂ ਕਾਮਯਾਬ। ਫਾਰਵਰਡ ਬੈਕਵਰਡ ਲਿੰਕੇਜ ਤੇ ਪੂਰਾ ਫੋਕਸ ਕਰਦੇ ਹਾਂ ਤੇ ਅਸੀਂ ਬਿਗ ਫਿਸ਼ ਨੂੰ ਵੀ ਲੈਬ ਕਰਦੇ ਹਾਂ, ਉਹਦੇ ਵਿੱਚ ਅਸੀਂ ਅਖਬਾਰਾਂ ਦੇ ਵਿੱਚ ਵੀ ਦਿੰਦੇ ਹਾਂ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਕਿ ਇਹ ਲੋਕ ਆਪਦੇ ਪ੍ਰੋਫਿਟ ਵਾਸਤੇ ਤੁਹਾਨੂੰ ਨਸ਼ੇ ਦੇ ਵਿੱਚ ਗਲਤਾਨ ਕਰ ਰਹੇ ਹਨ। ਕਿੱਦਾਂ ਅੱਡੇ ਹੈਗੇ ਆ ਉੱਥੇ ਪੁਲਿਸ ਸਿਵਲ ਦੇ ਵਿੱਚ ਜਾਵੇ, ਇਸੇ ਕਰਕੇ ਜੀ ਅਸੀਂ ਕਰਦੇ ਪਏ ਹਾਂ। ਜਿਵੇਂ ਸਾਡੇ ਵੱਖ ਵੱਖ ਵਿੰਗ ਜਿਹੜੇ ਹੈਗੇ ਆ ਸਿਵਲ ਦੇ ਵਿੱਚ ਕੰਮ ਕਰਨੇ ਲੱਗੇ ਹੋਏ ਆ, ਅਸੀਂ ਪੂਰੀ ਆਪਣੀ ਬੈਸਟ ਆਫ ਐਫਰਟਸ ਕਰ ਰਹੇ ਹਾਂ, ਕਰਾਂਗੇ ਅਤੇ ਹੋਰ ਵੀ ਇਸ ਚੀਜ਼ ਨੂੰ ਸਰਗਰਮ ਤਰੀਕੇ ਦੇ ਨਾਲ ਪਾਵਾਂਗੇ। ਅਸੀਂ ਇਹ ਪਬਲਿਕ ਮੀਟਿੰਗਸ ਦੇ ਵਿੱਚ ਸਾਡਾ ਜਿਹੜਾ ਇਹ ਹੈ ਇਹੀ ਸਹਿਯੋਗ ਹੈ ਵੀ ਤੁਹਾਡੇ ਵੱਲੋਂ ਅਸੀਂ ਐਕਸਪੈਕਟ ਕਰਦੇ ਹਾਂ,
ਤੁਸੀਂ ਸਾਡੇ ਨਾਲ ਵੱਧ ਤੋਂ ਵੱਧ ਇਹਦੇ ਵਿੱਚ ਕੋਆਪਰੇਟ ਕਰੋ, ਤੁਸੀਂ ਵੀ ਇਸ ਸਿਵਲ ਸੁਸਾਇਟੀ ਦਾ, ਅਸੀਂ ਵੀ ਪਾਰਟ ਹਾਂ, ਤੁਸੀਂ ਵੀ ਪਾਰਟ ਹੋ, ਰਲ ਮਿਲ ਕੇ ਆਪਾਂ ਇਸ ਚੀਜ਼ ਨੂੰ ਕੀ ਕਰੋ। ਇਹ ਮੇਰੇ ਖਿਆਲ ਨਾਲ ਤਰਵਾੜੇ ਸ਼ਾਇਦ ਪਹਿਲਾ ਹੀ ਕੈਂਪ ਹੈਗਾ ਨਸ਼ਾ ਸੈਮੀਨਾਰ ਦਾ, ਤੇ ਮਤਲਬ ਅੱਗੇ ਨੂੰ ਵੀ ਇਦਾਂ ਦੇ ਸੈਮੀਨਾਰ ਲੱਗਣ ਦਾ ਮੌਕਾ ਪਹਿਲਾਂ ਇਸ ਗੱਲ ਨੂੰ ਕੀਤਾ ਖਰੀਦ ਕੇ ਅਸੀਂ ਇੱਥੇ ਅੱਜ ਨਹੀਂ ਆਏ। ਜੇ ਤੁਹਾਡੀ ਕੋਈ ਵੀ ਆਪਣੀ ਦਿੱਕਤ ਜਿਹੜੀ ਹੈ ਆਪਾਂ ਨੂੰ ਇੱਥੇ ਪਤਾ ਲੱਗਦੀ ਹੈ ਤਾਂ ਦੁਬਾਰਾ ਆ ਕੇ ਇਸ ਗੱਲ ਨੂੰ ਯਕੀਨੀ ਬਣਾਇਆ ਜਾਊਗਾ ਵੀ ਉਹ ਪ੍ਰੋਬਲਮ ਖਤਮ ਹੋਈ ਹੈ ਨਹੀਂ। ਉਹ ਜਿੱਥੇ ਤੁਹਾਡੇ ਏਰੀਆ ਦੇ ਵਿੱਚ ਜਾਂ ਕੁਛ ਹੋਰ ਜਿਹੜੇ ਤੁਹਾਡੇ ਤੁਸੀਂ ਕੋਈ ਸ਼ਿਕਾਇਤ ਕਰਦੇ ਹੋ ਦੁਬਾਰਾ ਆਪਾਂ ਮਿਲਾਂਗੇ। ਸਿਰਫ ਇੱਕ ਮੀਟਿੰਗ ਨਹੀਂ, ਅਸੀਂ ਵਾਰ ਵਾਰ ਮਿਲਾਂਗੇ, ਵਾਰ ਵਾਰ ਮੀਟਿੰਗ ਆਪਾਂ ਇਸ ਗੱਲ ਨੂੰ ਇੰਸ਼ੋਰ ਕਰਾਂਗੇ।